ਸੁਬਹ ਬਖੈਰ, ਮੋਰਨਿੰਗ ਟਾਈਮ ਜਾਣ ਦਾ ਇਰਾਦਾ ਆ ਜਨਾਬ। ਚਲੋ ਚਿੱਟੂ ਬੂਰੇ ਵਾਲਾ ਤੱਕ, ਬੁਰੇ ਹਾਲਾਤ ਅਤੇ ਬੌਂਕੇ ਦਿਹਾੜੇ ਸਾਡੀ ਮੋਟਰ ਦੇ। ਹਾਂਜੀ, ਬੁਰੇ ਵਾਲੇ ਦਾ ਇਰਾਦਾ, ਬੁਰੇ ਵਾਲੇ ਸੀਨ ਇਹ ਹੈ, ਸੁਬਹ 6 ਵਜੇ ਦਾ ਟਾਈਮ ਆ ਅਤੇ ਬੂਰੇ ਵਾਲਾ ਮੈਂ ਜਨਾਬ ਜਾਣਾ ਸੀ ਅੱਜ 12 ਤਕਰੀਬਨ 1 ਵਜੇ, ਲੇਕਿਨ ਮੈਂ ਰਾਈਸ ਪੁੱਡਲਰ ਉੱਥੇ ਸਾਡੇ ਜਨਾਬ ਬਹੁਤ ਹੀ ਕਾਬਲ ਇਹਤਰਾਮ ਬਾਈ ਅਕਰਮ ਸਾਹਿਬ, ਉਹਨਾਂ ਨਾਲ ਮੁਲਾਕਾਤ ਕਰਨੀ ਹੈ ਔਰ ਰਾਈਸ ਪੁੱਡਲਰ ਜਿਹੜਾ ਆ ਉਹਦੀ ਉੱਥੇ ਹੀ ਵੀਡੀਓ ਵੀ ਥੋੜ੍ਹੀ ਜਿਹੀ ਬਣਾਉਣੀ ਹੈ। ਤਾਂ ਫਿਰ ਉਸ ਤੋਂ ਬਾਅਦ ਮੈਂ ਹੁੱਕ ਚੱਕਣੀ ਸੀ, ਜਿਹੜਾ ਮੈਂ 12 ਵਜੇ ਜਾ ਰਿਹਾ ਸੀ ਬੂਰੇ ਵਾਲਾ ਮੈਂ ਚੱਕਣੀ ਸੀ ਹੁੱਕ। ਬੇਟਾ ਗੇਟ ਖੋਲ੍ਹਣਾ, ਇੱਥੇ ਮੇਰੇ ਵੱਲ ਕੀ ਦੇਖਦਾ ਖੜਾ, ਅਤੇ ਉਹ ਇਸ ਕਰਕੇ ਜਿਹੜਾ ਆ ਹੁਣ ਟਾਈਮ ਨਾਲ ਨਿਕਲਣਾ ਪੈ ਰਿਹਾ ਕਿਉਂਕਿ ਸਵੇਰੇ ਸਵੇਰੇ ਝੋਨਾ ਲੱਗਣਾ ਅਤੇ ਰਾਈਸ ਪੁੱਡਲਰ ਜਿਹੜਾ ਆ ਉਹਨੂੰ ਉਹਦੀ ਵੀਡੀਓ ਸਵੇਰੇ ਬਣਾਉਣੀ ਆ ਔਰ ਮੈਂ ਉਹਨੂੰ ਖੁਦ ਅੱਜ ਚਲਾ ਕੇ ਚੈੱਕ ਵੀ ਕਰਨਾ ਚਾਹੁੰਦਾ ਹਾਂ। ਇਸ ਤਰ੍ਹਾਂ ਦੇ ਕੁਛ ਮਾਮਲਾਤ ਸੀਗੇ ਅਤੇ ਬਾਕੀ ਦੇਖਦੇ ਹਾਂ ਅੱਗੇ ਅੱਜ ਦਾ ਦਿਨ ਕੈਸਾ ਰਹਿੰਦਾ। ਅੱਛਾ, ਇੱਕ ਗੱਲ ਤੁਹਾਨੂੰ ਹੋਰ ਕਰਾਂ, ਜ਼ਿਮੀਦਾਰੋ ਉਹ ਪਿਆਰਿਓ, ਝੋਨਾ ਇੰਨਾ ਹੀ ਲੱਗੀ ਜਾਂਦਾ ਹੈ ਨਾ, ਕੋਈ ਸਮਝੋ ਗੱਲ ਬਾਹਰ ਆ, ਅਖੀਰ ਹੋ ਗਈ ਝੋਨੇ ਵਾਲੀ ਵੀ, ਅਤੇ ਅੱਲਾ ਹੀ ਵਾਰਸ ਆ ਅਤੇ ਅੱਲਾ ਹੀ ਖੈਰ ਕਰਨ ਵਾਲਾ ਆ, ਪਤਾ ਨਹੀਂ ਬਣਨਾ ਕੀ ਆ। ਆਹ ਸਾਹਮਣੇ ਫੀਏਟ ਵਾਲਾ ਭਰਾ ਫਿਰ ਇੱਕ ਮਗਰ ਬਾਲਾ ਜਿਹਾ ਪਾ ਕੇ ਅਤੇ ਦੇਹ ਲੇ ਸੁਹਾਗਾ ਮਾਰੀ ਆਉਂਦਾ, ਇਹ ਸਾਹਮਣੇ ਮਾਰੀ ਆਉਂਦਾ। ਅੱਜ ਮੇਰੀ ਗੱਡੀ ਦੇ ਸ਼ੀਸ਼ੇ ਯਾਰ ਇੰਨੇ ਖਰਾਬ ਨੇ, ਗੱਡੀ 'ਚੋਂ ਪਾਣੀ ਵੀ ਮੁੱਕਾ ਆਇਆ ਅਤੇ ਮੈਂ ਨਾ ਇਹਨੂੰ ਹੁਣ ਪਾਣੀ ਮਾਰ ਨਹੀਂ ਸਕਦਾ ਹੈਗਾ, ਤਾਂ ਨਹੀਂ ਤੁਹਾਨੂੰ ਅੱਗਿਓਂ ਕੁਛ ਵਾਜ਼ਿਆ ਨਜ਼ਰ ਆਉਂਦਾ ਹੁਣ। ਅਤੇ ਬੰਦਾ ਵੇਖ ਲਓ ਕੱਦੂ 'ਤੇ ਕੱਦੂ ਕੀਤੀ ਆਉਂਦੇ ਹੈ। ਇਹ ਮੁਹੱਰਮ ਦਾ ਮਹੀਨਾ ਚੱਲ ਰਿਹਾ ਦੋਸਤੋ, ਮੁਹੱਰਮ ਜ਼ਿੰਦਾ ਅਤੇ ਬਹਾਦਰ ਲੋਕਾਂ ਦਾ ਇਹ ਮਹੀਨਾ ਹੈ ਅਤੇ ਸ਼ਹਾਦਤਾਂ ਜਿਨ੍ਹਾਂ ਨੇ ਦਿੱਤੀਆਂ ਉਹਨਾਂ ਦੀ ਉੱਚੀ ਸ਼ਾਨ ਉੱਚੀ ਗੱਲ, ਅਤੇ ਜਿਸ ਕੰਮ ਦੀ ਖਾਤਰ ਦਿੱਤੀਆਂ ਉਸ ਕੰਮ ਤੋਂ ਮੈਂ ਵੀ ਦੂਰ ਅਤੇ ਤੁਸੀਂ ਵੀ ਦੂਰ। ਅਤੇ ਸਲਾਮ ਪੇਸ਼ ਕਰਦਾ ਜੀ ਸ਼ਹੀਦਾਂ ਨੂੰ, ਹਜ਼ਰਤ ਅਬਾਸ ਹਸਨ ਹੁਸੈਨ ਨਵਾਸੇ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਦੇ ਸਲਾਮ ਪੇਸ਼ ਕਰਦੇ ਹਾਂ ਅਸੀਂ ਉਹਨਾਂ ਨੂੰ, ਉਹਨਾਂ ਦੀ ਇੱਜ਼ਤ ਨੂੰ, ਉਹਨਾਂ ਦੀ ਸ਼ਾਨ ਨੂੰ। ਉਹਨਾਂ ਇਹ ਦੀਨ ਦੀ ਖਾਤਰ ਦਿੱਤੀ ਰੱਬੇ ਕਾਬਾ ਦੀ ਖਾਤਰ ਉਹਦੇ ਹੁਕਮ ਦੇ ਮੁਤਾਬਕ, ਜਨਤੀ ਲੋਕਾਂ ਦੇ ਸਰਦਾਰ ਨੇ ਉਹ। ਉੱਥੋਂ ਬੂਰੇ ਰੋਡ 'ਤੇ ਨਿਕਲ ਗਿਆ ਸੀ, ਉੱਥੋਂ ਫਿਰ ਵਾਪਸ ਗੱਡੀ ਟਰਨ ਕੀਤੀ ਹੈ, ਹੁਣ ਫਿਰ ਦੁਬਾਰਾ ਸ਼ਾਰਟਕੱਟ ਇੱਥੋਂ ਦੀ ਮਾਰ ਕੇ ਅਤੇ ਰਾਸ਼ਦ ਨੂੰ ਇੱਥੋਂ ਉਠਾਉਣ ਲੱਗਾ ਨਾਲ। ਰਾਸ਼ਦ ਕੋਲ ਮੈਂ ਫਾਰਮ 'ਤੇ ਤਾਂ ਪਹੁੰਚ ਗਿਆ ਅਤੇ ਇੱਥੇ ਨਾ ਭਾਈ ਰਾਸ਼ਦ ਦੇ ਭਾਈ ਨੇ ਯਾਸਰ, ਅਤੇ ਇਹ ਉਹਨਾਂ ਦੇ ਨਾ ਬੱਕਰੀਆਂ ਬੁਕਰੀਆਂ ਦਾ ਵੀ ਸ਼ੌਂਕ ਹੈ ਕਰ ਲੈਂਦੇ, ਵੈਸੇ ਤਾਂ ਇਹਨਾਂ ਨੇ ਡੰਗਰ ਰੱਖੇ ਹੋਏ ਨੇ, ਮੱਝਾਂ ਗਾਵਾਂ ਇੱਧਰ ਬੱਝੀਆਂ ਹੋਈਆਂ, ਅਤੇ ਮੈਂ ਤੁਹਾਨੂੰ ਸ਼ੌਂਕ ਦਿਖਾਉਣਾ, ਪਤਾ ਨਹੀਂ ਤੁਹਾਡੇ 'ਚੋਂ ਕਿੰਨੇ ਕੁ ਬੰਦੇ ਸ਼ੌਕੀਨ ਹੋਣਗੇ, ਬਸ ਐਵੇਂ ਸ਼ੋਰਟ 'ਚ ਵੀਡੀਓ ਪਾਉਣੀ ਹੈ। ਦਿਲ ਤਾਂ ਮੇਰਾ ਸੀ ਉਹਨੂੰ ਮੈਂ ਹੱਥ ਹੁੱਥ ਲਾ ਕੇ ਵੀਡੀਓ ਬਣਾਵਾਂ, ਪਰ ਇਹ ਵੀ ਮੈਂ ਅੱਗੇ ਜਾਣਾ ਫਿਰ ਸਮੈਲ ਆਉਣ ਲੱਗ ਜਾਣੀ ਕੱਪੜਿਆਂ 'ਚ, ਮੈਂ ਇੱਦਾਂ ਹੀ ਦਿਖਾਉਂਦਾ ਤੁਹਾਨੂੰ ਕੈਮਰੇ ਨਾਲ ਹੀ। ਭਾਈ ਯਾਸਰ ਮੇਲ ਹੈ ਯਾਨੀ ਨਾਰਾ ਇਹ ਬੱਕਰਾ ਹੈ ਨਾ, ਬਰੀਡਰ ਹੈ? ਹਾਂ ਬਈ ਬਰੀਡਰ, ਸਪੈਸ਼ਲ ਬਰੀਡਰ ਚੈੱਕ ਕਰੋ ਜੀ ਮਾਸ਼ਾਅੱਲਾ। ਮੈਨੂੰ ਬਹੁਤ ਜ਼ਿਆਦਾ ਇਹਨਾਂ ਦਾ ਪਤਾ ਨਹੀਂ ਹੈ, ਲੇਕਿਨ ਮੈਨੂੰ ਉੱਦਾਂ ਸੋਹਣੇ ਲੱਗਣ, ਬਸ ਮੈਂ ਫਿਰ ਤਾਂ ਹੀ ਕਹਿੰਦਾ ਹੁੰਦਾ ਵੀ ਆਹ ਸੋਹਣਾ ਲੱਗਦਾ, ਬਸ ਇਹਨੂੰ ਇੰਨਾ ਕੀ ਪਤਾ।
ਹੈ ਕਬੜੀ ਦਾ ਵਹਿੰਦਾ ਟੀਲਾ ਜਾਂ ਮੇਰੇ ਵੱਲ ਜਿਵੇਂ ਢੁੱਡ ਮਾਰਨ ਨਹੀਂ ਹੁੰਦੀ। ਆਹ ਇੱਕ ਨਿੱਕਾ ਬੱਚਾ ਤੈਨੂੰ ਦਿਖਾਉਂਦੇ ਆ ਵਾਲਾ, ਮੈਨੂੰ ਇੱਕ ਇਹ ਬੜਾ ਪਿਆਰਾ ਲੱਗਾ ਮਾਸ਼ਾਅੱਲਾ, ਬੜਾ ਪਿਆਰਾ ਜਾਨਵਰ ਹੈ, ਬੂਥੀ ਬੜੀ ਸੋਹਣੀ ਹੈ ਇਹਦੀ। ਮਾਸੂਮ ਬੱਚਾ, ਦੋਨੇ ਭਾਈ ਨੇ, ਦੋਨੋਂ ਨਾਰ ਨੇ, ਮੇਲ ਨੇ ਇਹ ਦੂਜਾ ਹੈ ਨਾ। ਅਤੇ ਇਹ ਕੀ ਯਾਰ, ਇੱਕ ਕਾਲਾ ਅਤੇ ਚਿੱਟਾ, ਇੱਕ ਲਾਲ ਅਤੇ ਚਿੱਟਾ, ਇਹ ਕੀ ਯਾਰ, ਦੋਨੋਂ ਦਾ ਮੁਖਤਲਿਫ ਕਰ। ਸਾਲਮ ਇੱਕ ਮਾਂ 'ਤੇ ਚਲਾ ਗਿਆ ਅਤੇ ਇੱਕ ਸਾਲਮ ਹੀ ਪਿਓ 'ਤੇ ਚਲਾ ਗਿਆ, ਹੈਂ ਕਿਆ ਬਾਤ ਹੈ ਯਾਰ, ਅੱਲਾਹ ਦੀ ਕੁਦਰਤ ਹੈ ਬਈ। ਉਹਨੇ ਲਾਲ ਡੱਬ ਕੋਈ ਨਹੀਂ ਆਉਣ ਦਿੱਤਾ ਅਤੇ ਉਹਨੇ ਚਿੱਟਾ ਕਾਲਾ ਕੋਈ ਨਹੀਂ ਆਉਣ ਦਿੱਤਾ, ਹੈਂ। ਇਹ ਇੱਦਾਂ ਕਿਉਂ ਕਰਦੇ ਧੋਣਾ ਇੱਦਾਂ ਇੱਦਾਂ? ਅੱਛਾ, ਹੋਰ ਕਿਹੜਾ ਅੱਛਾ ਜਾਨਵਰ ਆ? ਜਿਹੜੀ ਸੁੱਤੀ ਪਈ ਹੈ। ਅੱਛਾ, ਇਹ ਤਾਂ ਸਵੇਰੇ ਸਵੇਰੇ ਮੈਂ ਇਹਨਾਂ ਦੀ ਨੀਂਦ ਵਿਚਾਰੀਆਂ ਦੀ ਖਰਾਬ ਕਰ ਦਿੱਤੀ। ਅੱਛਾ, ਭਾਰੀਆਂ ਮਾਸ਼ਾਅੱਲਾ ਤਾਂ ਉੱਠ ਨਹੀਂ ਹੁੰਦਾ, ਹੈਂ, ਨਹੀਂ ਤਾਂ ਛੜੱਪਾ ਮਾਰ ਕੇ ਟੈਡੀ ਜੀ ਹੋਵੇ ਤਾਂ ਉੱਡ ਜਾਂਦੀ। ਇਹ ਤਾਂ ਬੰਦੇ ਜਿੱਡੀ ਬੱਕਰੀ ਹੈ। ਇੱਧਰ ਵੇਖ, ਨੀ ਇੱਧਰ ਵੇਖ ਕੁੜੇ, ਮਾਸ਼ਾਅੱਲਾ ਮਾਸ਼ਾਅੱਲਾ, ਕਿਆ ਬਾਤ ਹੈ। ਬੱਕਰੀਆਂ ਰੱਖਣੀਆਂ ਇੱਦਾਂ ਚਾਹੀਦੀਆਂ ਜੀ। ਅਕਸਰ ਔਕਾਤ ਆਪਾਂ ਘਰਾਂ ਦੇ ਵਿੱਚ ਇੱਕ ਆਹ ਵੀ ਭੇਡੂ ਬੈਠਾ ਇੱਦਾਂ ਇੱਥੇ ਸਹਿ ਜਾ ਇੱਦਾਂ ਦੇ ਆ। ਅੱਛਾ, ਵੀਡੀਓ ਲੰਬੀ ਹੋ ਗਈ, ਮੈਂ ਤੁਹਾਨੂੰ ਦੱਸਦਾ ਜਾਵਾਂ। ਅਕਸਰ ਔਕਾਤ ਆਪਾਂ ਜਿਹੜੇ ਫਾਰਮ ਆਪਾਂ ਘਰਾਂ 'ਚ ਗਾਈਆਂ ਮੱਝਾਂ ਲੋਕ ਰੱਖਦੇ ਹਾਂ, ਆਪਾਂ ਬੱਕਰੀਆਂ ਵਗੈਰਾ ਰੱਖ ਲੈਂਦੇ ਹਾਂ, ਪਹਿਲੇ ਵੀ ਹੁਣ ਤੱਕ ਵੀ ਲੋਕ ਇੱਦਾਂ ਹੀ ਕਈ ਕਰੀ ਜਾਂਦੇ ਵੀ ਉਹ ਟੈਡੀ ਜਿਹੀਆਂ ਦੋ ਚਾਰ ਮੰਨ ਲੈਣੀਆਂ, ਪੱਠੇ ਪਾ ਕੰਬਲੇ ਹੋ ਜਾਣਾ, ਐਂਡ 'ਤੇ ਜਦੋਂ ਕਿਸੇ ਨੂੰ ਵਪਾਰੀ ਨੂੰ ਵੇਚਣੀ ਉਹ ਪਹਿਲੇ 7,000 ਦੀ ਵੇਖਦੀ ਹੁੰਦੀ ਸੀ, ਹੁਣ ਉਹ 12-14,000 ਦੀ ਵੇਖ ਜਾਂਦੀ ਹੈ, ਅਤੇ ਈਦ ਸ਼ਬਰਾਤ ਹੋਵੇ ਤਾਂ 18,000 ਦੀ ਵੇਖ ਜਾਂਦੀ ਹੈ। ਬਸ ਆਹ ਕੁਛ ਹੀ ਹੁੰਦਾ। ਇਹ ਜਾਨਵਰ ਬਹੁਤ ਕੀਮਤੀ ਹੁੰਦੇ ਨੇ ਮਾਸ਼ਾਅੱਲਾ, ਇਹ ਹੁਣ ਇਹਨਾਂ ਨੂੰ ਸਾਂਭਣਾ ਉਹਨਾਂ ਨਾਲੋਂ ਥੋੜ੍ਹਾ ਜਿਹਾ ਬਿਹਤਰ ਹੁੰਦਾ, ਮਾਮੂਲੀ ਜਿਹਾ, ਜ਼ਿਆਦਾ ਬਿਹਤਰ ਨਹੀਂ, ਮਾਮੂਲੀ ਜਿਹਾ ਹੀ, ਲੇਕਿਨ ਇਹਨਾਂ ਦੇ ਮੁੱਲ ਮਾਸ਼ਾਅੱਲਾ ਚੰਗੇ ਹੁੰਦੇ ਨੇ। ਸਿਰਫ ਕੇਅਰ ਇਹਨਾਂ ਦੀ ਇਹੀ ਹੁੰਦੀ ਹੈ ਵੀ ਆਹ ਦਵਾਈ ਦਾਰੂ ਦਾ ਇਹਨਾਂ ਦਾ ਖਿਆਲ ਕਰਨਾ ਪੈਂਦਾ, ਟੈਡੀਆਂ ਵੈਡੀਆਂ ਦਾ ਇਹ ਹੁੰਦਾ ਵੀ ਉਹ ਟੱਪਦੇ ਫਿਰਦੇ ਨੇ, ਦਵਾਈ ਦਾਰੂ ਦਾ ਐਡਾ ਖਿਆਲ ਨਹੀਂ ਕਰਨਾ, ਅਤੇ ਬਾਕੀ ਅਰਨਿੰਗ ਇਹਨਾਂ ਦੀ ਮਾਸ਼ਾਅੱਲਾ ਬਹੁਤ ਚੰਗੀ ਹੁੰਦੀ ਹੈ ਅਗਰ ਇਹਨੂੰ ਪ੍ਰੋਪਰ ਬਿਜ਼ਨਸ ਦੇ ਤੌਰ 'ਤੇ ਕੀਤਾ ਜਾਵੇ। ਅੱਛੇ ਖਾਸੇ ਪੈਸੇ ਇਹ ਦੇ ਛੋੜਦੇ ਨੇ, ਅੱਛੇ ਖਾਸੇ, ਜਿੰਨੀ ਕੁ ਤੁਹਾਡੀ ਸੋਚ ਹੋਵੇ ਵੀ ਇੱਕ ਇੱਕ ਜਾਨਵਰ 2-2, 2.5-2.5 ਲੱਖ ਇੱਦਾਂ ਵੀ ਇਹ ਸੇਲ ਕਰ ਲੈਂਦੇ ਆ, ਇਹਨਾਂ ਦਾ ਯਾਨੀ ਇੰਨੀ ਵੈਲਿਊ ਹੁੰਦੀ ਹੈ। ਬੂਰੇ ਵਾਲੇ ਪਹੁੰਚ ਗਏ, ਅੱਲਾ ਖੈਰ ਕਰੇ, ਤੇ ਹੁਣ ਬੂਰੇ ਵਾਲੇ ਤੋਂ ਅੱਗੇ ਜਾ ਰਹੇ ਹਾਂ ਚੀਚਾ ਵਤਨੀ ਰੋਡ 'ਤੇ। ਇਹ ਜਨਾਬ ਭਾਈ ਅਕਰਮ ਸਾਹਿਬ ਕੋਲ ਅਸੀਂ ਇੱਥੇ ਪਹੁੰਚੇ ਹਾਂ ਫਾਰਮ 'ਤੇ, ਚੱਕ ਨੰਬਰ 21। ਪਹਿਲੇ ਤਾਂ ਜਨਾਬ ਆਉਂਦਿਆਂ ਸਾਰ ਹੀ ਅਸੀਂ 2 ਮਿੰਟ ਬੈਠਣ ਤੋਂ ਬਾਅਦ ਔਰ ਰਾਈਸ ਪੁਡਲਰ ਜਿਹੜਾ ਆ ਉਹਦੀ ਵੀਡੀਓ ਦੇਖਦੇ ਹਾਂ, ਨਾਲੇ ਅਸੀਂ ਇਹਨੂੰ ਚਲਾ ਕੇ ਚੈੱਕ ਕਰਦੇ ਹਾਂ ਨਾਲੇ ਐਕਸਪੀਰੀਅੰਸ ਕੈਸਾ ਹੁੰਦਾ ਇਹ ਬਣਿਆ ਹੋਇਆ। ਵੀ ਮੇਰਾ ਖਿਆਲ ਮਾਨ ਵਾਲੇ ਦਾ ਬਣਿਆ ਲੱਗਦਾ ਆ, ਕਿਉਂਕਿ ਟਾਪਾ ਤਾਂ ਆਇਆ ਮਾਨ ਵਾਲੇ ਦਾ ਹੀ ਆ, ਬਾਕੀ ਇਨਸ਼ਾਅੱਲਾ ਤਾਲਾ ਦੇਖਦੇ ਵੀ ਹਾਂ ਅਤੇ ਚਲਾਉਂਦੇ ਵੀ ਹਾਂ। ਬੜੀਆਂ ਸੋਹਣੀਆਂ ਚਿੱਟੀਆਂ ਜਨਾਬ, ਮੌਜੂਦਾ ਹਾਲਤ ਕੁਝ ਖੇਤ ਦੀ ਇਸ ਤਰ੍ਹਾਂ ਆ, ਹੈਲੋ ਹੈਲੋ ਮੈਕ ਟੈਸਟਿੰਗ, ਹੈਲੋ 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 ਵਿਵਰ, ਇਹ ਰਾਈਸ ਪੂਟਰਰ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਜੇ ਫੀਅਟ 480 ਆ, ਟਾਇਰ ਤਕਰੀਬਨ ਇਹਦੇ ਖਤਮ ਜਾ ਹੀ ਆ, ਛੋਟਾ ਟਰੈਕਟਰ ਆ ਜਨਾਬ, ਰਾਈਸ ਪੂਟਰਰ ਚਲਾ ਰਿਹਾ, ਇਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਇਹਨਾਂ ਦਾ ਰਿਵਿਊ ਵੀ ਸ਼ੇਅਰ ਕਰਦੇ ਹਾਂ। ਅਸੀਂ ਅੱਜ ਮੌਜੂਦ ਹਾਂ
ਬੂਰੇ ਵਾਲਾ ਤਹਿਸੀਲ ਦੇ ਚੱਕ ਨੰਬਰ 21 ਦੇ ਵਿੱਚ ਭਾਈ ਅਕਰਮ ਸਾਹਿਬ ਦੇ ਫਾਰਮ ਦੇ ਉੱਤੇ, ਅਤੇ ਇਹਦਾ ਰਿਜ਼ਲਟ ਵੀ ਤੁਹਾਨੂੰ ਦਿਖਾਉਂਦੇ ਹਾਂ। ਇਹ ਛੋਟਾ ਟਰੈਕਟਰ ਜਨਾਬ 480 ਚਲਾ ਰਿਹਾ ਬਗੈਰ ਟਾਇਰਾਂ ਵਾਲਾ, ਬਾਵਜੂਦ ਇਸ ਦੇ ਕਿ ਪਾਣੀ ਵੀ ਕਹਿੰਦੇ ਅਸੀਂ ਰਾਤ ਦਾ ਪਾਇਆ ਹੋਇਆ ਇਹਦੇ ਵਿੱਚ, ਪਾਣੀ ਜ਼ਿਆਦਾ ਦੇਰ ਜਦੋਂ ਛੱਡਦਾ ਹੀ ਹੈ ਉਦੋਂ ਫਿਰ ਜਿਹੜਾ ਆ ਜ਼ਮੀਨ ਜ਼ਿਆਦਾ ਗਿੱਲੀ ਨਰਮ ਹੋ ਜਾਂਦੀ ਆ, ਅਤੇ ਉਹ ਫਿਰ ਉਹਦੇ ਵਿੱਚ ਕੱਦੂ ਕਰਨਾ ਵੀ ਔਖਾ ਹੁੰਦਾ ਆ। ਇਸ ਦੇ ਬਾਵਜੂਦ ਵੀ 480 ਜਿਹੜਾ ਆ ਉਹ ਚਲਾ ਰਿਹਾ, ਬਹੁਤ ਤਕਰੀਬਨ ਬਗੈਰ ਟਾਇਰਾਂ ਵਾਲਾ ਚਲਾ ਰਿਹਾ। ਐਮ ਅਕਰਮ ਜ਼ਰਾਈ ਇੰਡਸਟਰੀ ਦਾ ਇਹ ਬਣਿਆ ਹੋਇਆ ਵਾ ਰਾਈਸ ਬੁਟਲਰ, ਇਹਨੂੰ ਅੱਜ ਕੱਲ੍ਹ ਬੜਾ ਪਸੰਦ ਕੀਤਾ ਜਾ ਰਿਹਾ ਆ ਔਰ ਬਹੁਤ ਜ਼ਿਆਦਾ ਇਹਦੀ ਸੇਲ ਵੀ ਹੈ। ਜੀ ਵਿਊਅਰ, ਅਸਾਂ ਜਨਾਬ ਹੁਣ ਖੇਤਾਂ 'ਚ ਇੰਜੋਏ ਕਰ ਰਹੇ ਹਾਂ, ਅਤੇ ਉਹ ਪੁਡਲਰ ਦੀ ਅਸੀਂ ਵੀਡੀਓ ਵੀ ਬਣਾਈ ਆ, ਉਹਨੂੰ ਹੁਣ ਚਲਾ ਕੇ ਵੀ ਚੈੱਕ ਕਰਨ ਲੱਗਾ ਮੈਂ। ਗਰਮੀ ਅੱਜ ਇੰਨੀ ਆ ਵੀ ਕੱਪੜੇ ਜਨਾਬ ਤਬਾਹ ਬਰਬਾਦ ਹੋ ਗਏ ਨੇ, ਅੱਜ ਬਹੁਤ ਗਰਮੀ ਹੈ, ਹਾਲਾਤ ਬੜੇ ਅੱਜ ਸੰਗੀਨ ਹੋ ਗਏ ਨੇ ਗਰਮੀ ਦੇ ਨਾਲ। ਇੱਥੇ ਖੜੋਤੇ ਸੀਗੇ, ਇਹਦੀ ਵੀਡੀਓ ਸ਼ੀਡੀਓ ਅਸਾਂ ਬਣਾਈ ਹੈ, ਹੁਣ ਇਸ ਤੋਂ ਅੱਗੇ ਵੱਧਦੇ ਹਾਂ। ਇਹ ਪੁਡਲਰ ਦੀ ਜਨਾਬ ਪਰਫੋਰਮੈਂਸ ਤੁਸੀਂ ਵੇਖ ਲਓ, ਹਾਲਾਂਕਿ ਥੋੜ੍ਹੀ ਜਿਹੀ ਉਸਤਾਦ ਹੋਣਾ ਨੇ ਉਹਲੀ ਸਾਈਡ ਦੀ ਲੈਂਕ ਜਿਹੜੀ ਹੈ ਨਾ ਉਹ ਥੋੜ੍ਹੀ ਜਿਹੀ ਲੁਕ ਹੈਗੀ ਆ ਡਾਊਨ, ਜਿਹੜੀ ਪਹਿਲਾਂ ਤੁਹਾਨੂੰ ਆ ਲਾਈਨ ਜੀ ਨਜ਼ਰ ਆਈ ਹੈ, ਅਗਰ ਬਰਾਬਰ ਕਰ ਦੇਣਗੇ ਤਾਂ ਲਾਈਨ ਖਤਮ ਹੋ ਜਾਏਗੀ। ਆਕਾ ਆ ਜੀ ਸਾਰਾ ਫੀਅਟ ਦਾ, ਹਾਂ ਭਾਈ ਇੱਕ ਨਵੇਂ ਇੰਜੀ ਹੈ ਨਾ ਫੀਅਟ ਜ਼ਿਆਦਾ ਚੱਲਦਾ ਭਾਈ। ਭਾਈ ਅਕਰਮ ਕੋਲ ਨਾ ਹੈਗਾ ਇੱਥੇ ਇੱਕ ਜਾਨਵਰ ਖੜੋਤਾ, ਅਤੇ ਸਾਨੂੰ ਜਾਨਵਰ ਦਿਖਾਉਂਦੇ ਭਾਈ ਅਕਰਮ, ਇਹ ਖਾਂਦਾ ਖੂੰਦਾ ਤਾਂ ਨੀਗਾ ਇਹ? ਹੈਂ ਭਾਈ ਅਕਰਮ, ਇਹ ਚੌਧਰੀ ਬਰਾਦਰੀ ਤਾਂ ਇੱਦਾਂ ਦੇ ਸ਼ੌਕ ਕਰਦੀ ਨਹੀਂ, ਉਲਟਾ ਰੋਕਦੀ ਆ। ਉਹ ਤੇਰਾ ਭਲਾ ਹੋ ਜੇ, ਕਿਆ ਬਾਤ ਹੈ, ਓਏ ਹੋਏ 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 ਹੋਏ, ਬੱਧਾ ਹੀ ਹੈ ਨਾ ਇਹ। ਵਾਹ, ਇਹ ਭਾਈ ਅਕਰਮ ਸਾਹਿਬ ਦਾ ਤੈਨੂੰ ਸ਼ੌਂਕ ਦਿਖਾਉਂਦੇ ਆ ਜੀ, ਇਹ ਤਾਂ ਭਾਈ ਤੁਹਾਨੂੰ ਧਰੂ ਲਿਜਾਏਗਾ ਇਹ, ਜਿਵੇਂ ਆਪਾਂ ਵੀਡੀਓ 'ਚ ਦੇਖੀ ਭਾਈ, ਰਹਿਣ ਦਿਓ ਇਹਨੂੰ ਨਾ ਖੋਲੋ, ਤੁਹਾਨੂੰ ਲੈ ਜਾਏਗਾ ਇਹ। ਸਾਡੇ ਤਾਂ ਭਾਈ ਇੰਨਾ ਦੌੜ ਕੋਈ ਨੀ ਜੀ, ਹਲੇ ਬੱਚਾ ਆਇਆ ਇਹ, ਭਾਈ ਅਕਰਮ ਇਹ ਕਿੰਨੇ ਮਹੀਨੇ ਦਾ? 16 ਮਹੀਨੇ ਦਾ ਇਹਨੂੰ, ਇਹ 16 ਮਹੀਨੇ ਦਾ ਬੱਚਾ ਹਲੇ? ਬੱਚਾ ਹੈ। ਅੱਛਾ, ਇਹਦੀ ਉਮਰ ਕਦੋਂ ਪੂਰੀ ਹੋਣੀ ਜਾ ਕੇ? 2 ਸਾਲਾਂ ਦੇ ਬਾਅਦ ਜਾ ਕੇ ਫਿਰ ਤਿਆਰ ਹੁੰਦਾ ਜੀ ਪੂਰਾ। ਅੱਛਾ, ਇਹ ਕਿੱਥੋਂ ਲਿਆ ਸੀਗਾ ਜੀ ਇਹ? ਅੱਛਾ, ਤੇ ਇਹ ਕੀ ਕਰਦਾ ਜੀ, ਮਤਲਬ ਵੈਸੇ ਸ਼ੌਂਕ ਤੋਂ ਰੱਖਿਆ ਜਾਂ ਉਦਾਂ ਕੋਈ? ਸ਼ੌਂਕ ਨਾਲ ਹੀ ਬਸ ਰੱਖਿਆ ਜੀ। ਅੱਛਾ, ਇਹਦੀ ਖੁਰਾਕ ਕੀ ਹੈ ਭਾਜੀ? ਖੁਰਾਕ ਇਹਦੀ ਗੋਸ਼ਤ ਹੀ ਆ ਭਾਈ, ਮੀਟ ਮੂਟ ਉੱਤੇ ਹੋਈ ਦੇਸੀ ਘੇ ਦੇ ਗੋਸ਼ਤ, ਸਵੇਰ ਦਹੀਂ, ਆ ਗਰਮੀ ਦੇ ਵਿੱਚ ਦਹੀਂ ਛਿਲਕਾ, ਇਸ ਨਾਲ ਲੱਗ ਸਭ ਰੋਲ ਦਾ ਗੋਣ ਕੇ ਪੀਰਾ। ਕਾਨ ਵਗੈਰਾ ਕੱਟੇ ਸੋਹਣੇ ਲੱਗਦੇ ਇਸ ਕੱਟੇ ਸੋਹਣ, ਤਕੜਾ ਜਾਨਵਰ, ਵੱਡਾ ਜਾਨਵਰ ਆ ਇਹ। ਆਵਾਮ ਨੂੰ ਪੈਂਦਾ ਪੁੰਦਾ ਵੀ ਆ ਜੀ ਕਿ ਬਸ ਨਹੀਂ ਹੁੰਦਾ, ਯਾਨੀ ਇਹਦਾ ਡਰ ਹੀ ਬੜਾ ਪੈਂਦਾ ਕੁੱਤਿਆਂ ਨੂੰ ਹੈ। ਚਲੋ
ਕਿਆ ਬਾਤ ਆ ਜਾਓ ਜਨਾਬ, ਬਹੁਤ ਸ਼ੁਕਰੀਆ ਜਨਾਬ, ਬਹੁਤ ਅੱਛਾ। ਆ ਤਾਹਰ ਗੁੱਜਰ ਸਾਹਿਬ ਦੇ ਮੈਂ ਫਾਰਮ ਤੇ ਇੱਥੇ ਨਾ ਵਿਜ਼ਿਟ ਕਰੀ ਜਾਂਦਾ ਸੀਗਾ, ਮੈਂ ਦੇਖਿਆ, ਮੈਂ ਰਾਸ਼ਦ ਨੂੰ ਕਿਹਾ, ਮੈਂ ਕਿਹਾ ਵੀ ਆ ਮੁਰਗੀਆਂ ਗੰਦੀਆਂ ਨੇ ਗੀਆਂ, ਇਹ ਵੇਖੋ ਨਾ, ਇਹ ਤਾਂ ਬਹੁਤ ਗੰਦੀਆਂ ਹੁੰਦੀਆਂ ਆ, ਮਤਲਬ ਸਮੈਲ ਆਉਂਦੀ ਹੁੰਦੀ ਆ, ਇਹ ਸਾਫ਼ ਸੁਥਰੀਆਂ ਬੜੀਆਂ ਐਕਟਿਵ ਆ। ਅਤੇ ਇਹਨਾਂ ਨੂੰ ਮੈਂ ਪੁੱਛਿਆ, ਇਹ ਕਹਿੰਦੇ ਵੀ ਇਹ ਉਹ ਨਹੀਂ ਗੀਆਂ ਗੋਸ਼ਤ ਵਾਲੀਆਂ, ਇਹ ਹੈਗੀਆਂ ਆਂਡਿਆਂ ਵਾਲੀਆਂ। ਇਹ ਨਾ ਮੈਂ ਤੈਨੂੰ ਜ਼ੂਮ ਇਨ ਕਰਕੇ ਦਿਖਾਉਣਾ, ਐਂ ਚੈੱਕ ਕਰੋ, ਇਹ ਕਾਫ਼ੀ ਬੜਾ ਫਾਰਮ ਆ, ਇਹਨਾਂ ਕੋਲ ਅੰਦਰ ਬਾਹਰ ਲੰਮਾ ਚੌੜਾ ਨਿਜ਼ਾਮ ਆ, ਉਹ ਹਜ਼ਾਰਾਂ ਦੇ ਮੇਲ ਤਾਂ ਹੁੰਦਾ ਕੋਈ ਨੀ, ਆਂਡਾ ਕਿਵੇਂ ਆਊਗਾ? ਖੁਰਾਕ ਨਾਲ ਯਾਰ, ਉਹ ਖਾਣ ਨਾਲ ਹੀ ਆਂਡਾ ਬਣ ਜਾਂਦਾ, ਫੀਡ ਘਟਾ ਦੋਗੇ ਤੇ ਆਂਡਾ ਵੀ ਘਟਾ ਜਾਏਗੀ, ਇਹ ਤਾਂ ਫਿਰ ਆਪਾਂ ਉਹ ਫੀਡ ਵਾਲਿਆਂ ਦੇ ਬਾਉਂਡ ਆ, ਉਹੋ ਹੀ ਖਾਣਾ ਪੈਣੀ, ਬਿਲਕੁਲ ਉਹੀ ਖਿਲਾਉਣੀ ਪੈਣੀ, ਹੋਰ ਨੀ। ਕੰਪਨੀ ਬਦਲੋਗੇ ਤਾਂ ਵੀ ਇੱਕ ਵਾਰੀ ਘਟਾ ਜਾਏਗੀ ਆਂਡਾ, ਫੀਡ ਵਾਲੀ ਕੰਪਨੀ ਬਦਲੋਗੇ ਤਾਂ ਵੀ ਘਟਾ ਜਾਏਗੀ। ਅੱਛਾ, ਕੀ ਬਾਤ ਹੈ ਯਾਰ, ਇਹ ਤਾਂ ਪਹਿਲੀ ਵਾਰੀ ਬਈ ਸਾਡੇ, ਹਾਲਾਂਕਿ ਮੇਰੇ ਨਹੀਂ ਇਲਮ ਚ ਸੀ, ਮੈਂ ਕਿਹਾ ਵੀ ਕੋਈ ਇਹਨੂੰ ਉਹਦੀ ਕ੍ਰਾਸਿੰਗ ਵਾਲਾ ਆਂਡਾ ਨਹੀਂ ਹੁੰਦਾ, ਨਹੀਂ ਕ੍ਰਾਸਿੰਗ ਵਾਲਾ ਆਂਡਾ ਖਰਾਬ ਹੋ ਜਾਂਦਾ, ਜਿਹੜਾ ਜਾ ਕੇ ਦੁਕਾਨਾਂ ਤੇ ਕਹਿੰਦੇ ਨੇ ਲਹੂ ਆ ਜਾਂਦਾ, ਲਹੂ ਆ ਜਾਂਦਾ, ਜਾਂ ਆਂਡਾ ਖਰਾਬ ਹੋ ਗਿਆ, ਉਹ ਕ੍ਰਾਸਿੰਗ ਵਾਲਾ ਹੁੰਦਾ, ਫੀਡ ਵਾਲਾ ਆਂਡਾ ਜਿਹੜਾ ਖਰਾਬ ਨਹੀਂ ਹੁੰਦਾ ਮਹੀਨਾ ਪਿਆ ਰਹੇ। ਜਾਨਵਰ 3000 ਤੇ ਇਹ ਕਦੋਂ ਐਕਸਪਾਇਰ ਕਦੋਂ ਹੁੰਦੀਆਂ? ਇੱਕ ਵੀ 2 ਸਾਲ ਤੋਂ ਬਾਅਦ ਜੀ, 2 ਸਾਲ ਉਮਰ ਹੈ ਜੀ, 2 ਸਾਲ ਤੱਕ ਇਹਨੇ ਆਂਡਾ ਦੇਣਾ, ਪ੍ਰੋਡਕਸ਼ਨ ਨਾਲ ਜੀ, ਸਿਰ ਪ੍ਰੋਡਕਸ਼ਨ ਕਰਾ ਦੇਣਾ। ਤੇ ਜਦੋਂ ਐਕਸਪਾਇਰ ਹੋ ਗਈਆਂ ਫਿਰ ਇਹਦਾ ਕੀ ਬਣਨਾ? ਇਹਦਾ ਇਹ ਫਿਰ ਪਠਾਨ ਲੈ ਜਾਂਦੇ ਜੀ ਕੋਟੇ, ਇਹਨੂੰ ਖਾਂਦੇ ਆ ਬੜੇ ਸ਼ੌਕ ਨਾਲ। ਅੱਛਾ, ਦੇਸੀ ਮੁਰਗੀ ਦੀ ਖਾਂਦੇ, ਇਹਨੂੰ ਖਾਂਦੇ ਜੀ ਇੱਥੇ, ਇਸ ਆਪਣੇ ਪਾਕਿਸਤਾਨ, ਇਹ ਤਾਂ ਪੰਜਾਬ 'ਚ ਇੱਧਰ ਨਹੀਂ ਵੇਖਦੀਆਂ ਥੱਲੇ, ਇੱਧਰ ਨਹੀਂ ਵੇਖਦੀਆਂ, ਇੱਧਰ ਲੈਂਦੇ ਨਹੀਂ ਉਹਨੂੰ, ਲੇਕਿਨ ਇਹਨੂੰ ਖਾਣ ਤਾਂ ਬਹੁਤ, ਅਸੀਂ ਇਹਨੂੰ ਇਸਤੇਮਾਲ ਕਰੀਦਾ। ਇਹ ਕਿੰਨੇ ਰੁਪਏ, ਉਹ ਕਿੰਨੇ ਰੁਪਏ ਲੈ ਜਾਂਦੇ? ਉਹ ਨਗ ਲੈ ਜਾਂਦੇ 300 ਦਾ, 250 ਦਾ, 200 ਦਾ, ਜਿੱਦਾਂ ਜੋ ਮਾਰਕੀਟ ਦਾ ਰੇਟ ਹੈ। ਅੱਛਾ, ਇਹ ਤਾਂ ਰਾਸ਼ਦ ਫਿਰ ਵਾਰੇ ਦਾ ਯਾਰ, ਇਦਾਂ ਤਾਂ ਲੈ ਜਾਂਦੇ। ਜਦੋਂ ਇਹ ਖਰੀਦਿਆ ਸੀ ਚੂੜਾ, ਹਾਂਜੀ, ਉਦੋਂ ਇਹਦੀ ਤਕਰੀਬਨ ਕਿੰਨੀ ਕੁ ਉਮਰ ਸੀ? 1 ਦਿਨ ਦੀ, ਰਾਤ ਨੂੰ ਉਹਨਾਂ ਨੇ ਆਂਡੇ ਚੋਂ ਕੱਢਿਆ ਜੀ, ਸਵੇਰ ਸ਼ਾਮ ਦੇ ਇੱਕ, ਕੋਈ ਉਹਨਾਂ ਨੇ ਇਹਨੂੰ ਨਹੀਂ ਫੀਡ ਪਾਣੀ ਕੋਈ ਨਹੀਂ। ਕੀ ਕੀ ਰੇਟ ਹੁੰਦਾ ਹੈਗਾ ਉਦੋਂ? ਐਤ ਕੀ ਅਸੀਂ ਲਿਆ ਜੀ 315 ਰੁਪਏ, 315 ਰੁਪਏ ਦਾ ਇੱਕ ਚੂੜਾ, ਹਾਂਜੀ, ਆਂਡੇ ਚੋਂ ਨਿਕਲ ਜਾਂਦਾ ਉਹ ਸਾਰਾ, ਯਾਨੀ ਕਿ ਕਾਂ ਹੋ ਜਾਂਦਾ ਕਾਂਡੇ ਕੋਲ ਤੋਂ? ਨਹੀਂ, ਵਿੱਚੋਂ ਭੁੱਖ ਜਾਂਦਾ। ਨਹੀਂ, ਆਂਡਾ ਭਾਈ ਹੁਣ ਕਿਵੇਂ ਜਾਂਦਾ? ਆਂਡਾ ਹੁਣ ਦੇਣਗੇ ਤਾਂ ਫਿਰ ਰੇਟ ਉਦੋਂ ਪਤਾ ਲੱਗੇਗਾ ਨਾ ਕੀ। ਇਹ ਹੁਣ ਸਿਆਲ 'ਚ ਦੇਣਗੇ ਹਨਾ? ਪਿਛਲੇ ਸਾਲ ਕਿਵੇਂ ਵੇਚਿਆ ਸਿਆਲ 'ਚ? ਪਿਛਲੇ ਸਾਲ ਤਾਂ 12-11-10-9-10 ਹਜ਼ਾਰ ਦੀ ਪੇਟੀ, 11 ਹਜ਼ਾਰ ਦੀ ਪੇਟੀ, 10 ਹਜ਼ਾਰ ਦੀ ਪੇਟੀ। ਹਾਂਜੀ, ਪੇਟੀ 'ਚ ਕਿੰਨੇ ਹੁੰਦੇ? 360 ਦਾਣਾ ਹੁੰਦਾ। ਵੈਰੀ ਗੁੱਡ, ਜ਼ਬਰਦਸਤ ਯਾਰ, ਭਾਈ ਦਾ ਇੰਟਰਵਿਊ ਬਹੁਤ ਅੱਛਾ ਹੁੰਦਾ, ਭਾਈ ਦਾ ਹੀ ਕਰਿਆ ਕਰਨਾ ਆਪਾਂ, ਹੋਰ ਕੋਈ ਬੋਲਦਾ ਹੀ ਨਹੀਂ ਕੈਮਰੇ 'ਤੇ ਆ। ਲਓ ਜੀ, ਇਹ ਸਾਫ਼ ਸੁਥਰੀਆਂ ਨੇ ਜਨਾਬ, ਇਹ ਜਿਹੜਾ ਉਹ ਗੰਦੀਆਂ ਬਦਬੂਦਾਰ ਨੇ ਉਹ ਨਹੀਂ ਹੈਗੀਆਂ, ਮੈਂ ਆਉਂਦੀਆਂ ਦੇਖੀਆਂ।
ਰਸ਼ ਤੇਰੀ ਮੁਰਗਿਆਂ ਤੇ ਨਜ਼ਰ ਆ, ਤੂੰ ਭੈਣ ਚੋ ਪਤਾ ਨੀ ਕਰੂ ਕੀ, ਜਿੰਨੇ ਮੁਰਗਿਆਂ ਸਾਰੇ ਲੱਭ ਲੈ ਵਿੱਚੋਂ ਤੂੰ ਉਂਗਲਾਂ ਨਾਲ। ਆ ਜਿਹੜਾ ਜੀ ਕਲਗੀ ਵਾਲਾ ਆ ਵਿੱਚ ਖੜਾ ਜੀ, ਇਹ ਦੇਖੋ ਜੀ ਕਲਵੀ ਕੀ ਵੀ ਥੱਲੇ ਨੂੰ ਆਈ ਪਈ ਹੈ, ਬਦਮਾਸ਼ ਆ ਪੂਰਾ ਇੱਥੇ, ਹਾਂ ਗੁੰਡਾ ਆ ਪੂਰਾ, ਜਿਵੇਂ ਉਹ ਹਰਿਆਣੇ ਕਾ ਗੁੰਡਾ ਹੈ ਜੇ, ਇਹਦੀ ਉੱਤੇ ਨਾਲੋਂ ਤਾਂ ਥੱਲੇ ਵਾਲੀ ਕਲਗੀ ਜ਼ਿਆਦਾ ਵੱਡੀ ਹੈ, ਬਦਮਾਸ਼ ਆ। ਅੱਛਾ ਇਹ ਇੱਦਾਂ ਜਿੱਦਾਂ ਇਹਨੇ ਧੋਤੀ ਰੱਖ, ਧੋਤੀ ਵਾਲਾ ਹੁੰਦਾ ਹਨਾ, ਧੋਤੀ ਵਾਲੇ ਦਾੜੀ ਰੱਖੀ ਹੈ ਥੱਲੇ, ਮੈਂ ਵੇਖਿਆ ਪਰ ਫਲਾ ਕੇ ਥੋੜ੍ਹਾ ਜਿਹਾ ਮਹਿਸੂਸ ਕਰਾਉਂਦਾ। ਅੱਛਾ ਦੇਖੋ ਨਾ ਜੀ ਕਿਸੇ ਦੀ ਕਲਗੀ ਨਹੀਂ ਹੈਗੀ, ਤੇ ਇਹ ਦੇਖੋ ਇਹਨਾਂ ਦੀ, ਇਹਦੀ ਸਿਰਫ ਕੰਜਰ ਦੀ ਕਲਗੀ ਆ, ਤੇ ਆਲੇ ਦੁਆਲੇ ਮੁਰਗੀਆਂ ਵੀ ਲਾਗੇ ਨਹੀਂ ਖੜੋਣ ਦਿੰਦਾ, ਕਹਿੰਦਾ ਪਰਾਂ ਪਰਾਂ ਹੋ ਕੇ ਖੜੋ। ਅੱਛਾ ਚੋਰੀ ਯਾਰ ਇਹਨਾਂ ਦੀ ਦੇਖਿਆ ਗੌਰ ਕੀਤਾ, ਚੁੰਝ ਦੀ ਉੱਪਰ ਵਾਲੀ ਸਾਈਡ ਬਹੁਤ ਛੋਟੀ ਜੀ, ਕੀ ਇੱਕ ਕੱਟੀ ਹੈ ਜੀ ਵੈਸੇ, ਚੁੰਝ ਕਟਾਈ ਜੀ ਕਿਉਂ ਦੱਸਾਂ ਦਿਨਾਂ ਬਾਅਦ ਚੁੰਝ ਕਟਾਉਣੀ ਪੈਂਦੀ ਨਾ ਕਿਹਾ ਜੀ, ਇੱਕ ਦੂਜੀ ਨੂੰ ਕੱਟਦੀਆਂ ਜੀ। ਖੁਰਾਕ ਖਾਣ ਚ ਤਾਂ ਨੀ ਫਰਕ ਪੈਂਦਾ, ਚੁੰਝ ਕੱਟਣ ਖੁਰਾਕ ਖਾਂਦੀ ਸਭ ਕੁਛ ਬਰਾਬਰ ਆ, ਬਿਹਤਰੀਨ ਇਹ ਸਹੀ ਹੋ ਗਿਆ, ਸਹੀ ਹੋ ਗਿਆ। ਪਿਛਲੇ ਦਿਨ ਉਹ ਇੱਕ ਟਿਕਟੋਕ ਦੇ ਉੱਤੇ ਬੰਦਾ ਛੋਟੇ ਛੋਟੇ ਬੱਚਿਆਂ ਦੀ ਕੱਟਣ ਦਿਆ ਸੀ ਇਦਾਂ, ਹਾਂਜੀ ਬਿਲਕੁਲ, ਉਹ 10-15 ਦਿਨਾਂ ਦੇ, ਤੇ ਉਹ ਕਈ ਵਿੱਚ ਜਿਹੜੇ ਮੇਰੇ ਤਰ੍ਹਾਂ ਨਹੀਂ ਸੀ ਜਿਹਨਾਂ ਨੂੰ ਪਤਾ, ਉਹ ਕਹਿੰਦੇ ਜ਼ੁਲਮ ਹੋ ਰਿਹਾ ਹੈ, ਜ਼ੁਲਮ ਹੋ ਰਿਹਾ ਜੀ, ਉਹ ਸਹੀ ਆ ਨਹੀਂ, ਅਗਰ ਉਹ ਜ਼ੁਲਮ ਉਹ ਨਾ ਨਾ ਕੱਟੀ ਹੁੰਦੀ ਡੰਮ ਹੁੰਦੀ ਜੀ, ਉਹ ਯਾਨੀ ਕਿ ਉਸੇ ਵੇਲੇ ਤਕਲੀਫ ਨਹੀਂ ਉਹਦੀ ਹੁੰਦੀ, ਜਿਵੇਂ ਦੰਮ ਦੀ ਨਾ ਗਰਮ ਹੁੰਦੀ ਹੈ, ਤੇ ਜੇ ਨਾ ਨਾ ਕੱਟੀਏ ਫਿਰ ਆਪਸ ਇੱਕ ਦੂਜੇ ਨੂੰ ਕੱਟ ਕੱਟ ਕੇ ਲੂ ਲਹਾਣ ਹੋ ਜਾਂਦੇ। ਅੱਛਾ ਆਪ ਜ਼ਖਮੀ ਹੁੰਦੇ ਨੇ ਫਿਰ ਲੜਦੇ, ਬਰਕਤ ਦੇਵੇ ਜੀ ਬਹੁਤ ਅੱਛਾ ਕੰਮ ਹੈ, ਇਹ ਤਾਂ ਬਹੁਤ ਐਕਟਿਵ ਨੇ, ਛੱਤ ਨਾਲ ਜਾ ਕੇ ਤਾਰਾਂ ਨੀ ਉੱਤੇ ਲੱਗੀਆਂ, ਤਾਰਾਂ ਨਾਲ ਝੂਲ ਜਾਂਦੀਆਂ, ਆ ਦੇਖੋ ਬੜੀਆਂ ਐਕਟਿਵ ਨੇ, ਤਾਰਾਂ ਨਾਲ ਝੂਲ ਜਾਂਦੇ ਮਾੜਾ ਜਿਹਾ ਖੜਕਾ ਹੁੰਦਾ ਤਾਂ। ਓਹੋ ਵੈਰੀ ਗੁੱਡ ਵੈਰੀ ਗੁੱਡ, ਗਈਆਂ ਉੱਧਰ ਨੂੰ ਸਾਰੀਆਂ, ਤੇ ਖੁਰਾਕ ਪਾਉਣ ਵਾਸਤੇ ਕਿੰਨੇ ਬੰਦੇ ਰੱਖੇ ਨੇ ਜੀ ਇੱਥੇ? ਬਸ ਇੱਕ ਦੋ ਜਣੇ ਪਾ ਲਏ ਜੀ, ਇੱਕ ਦੋ ਜਣੇ। ਸਹੀ ਹੈ, ਇਹ ਵਿੱਚ ਜਾ ਕੇ ਪਾਉਣੀ ਪੈਂਦੀ ਖੁਰਾਕ? ਖੁਰਾਕ ਵਿੱਚ ਪਾਉਣੀ ਪੈਂਦੀ ਜੀ, ਪਾਣੀ ਆ ਨੌਜ਼ਲਾਂ ਥਾਣੀ ਆਉਂਦਾ ਜੀ ਆਟੋਮੈਟਿਕ। ਅੱਛਾ, ਆ ਨੌਜ਼ਲ ਲੱਗੀ ਹੈ ਨਾ ਜੀ, ਹਾਂ ਜਦੋਂ ਇਹਦੇ ਨਾਲ ਚੁੰਝ ਮੁਰਗੀ ਨੇ ਥੱਲੇ ਵਾਲੀ ਲਾਉਣੀ, ਇਹਨਾਂ ਦੀ ਪਾਣੀ ਆਉਣਾ ਸ਼ੁਰੂ ਹੋ ਜਾਂਦਾ। ਸਹੀ ਹੈ, ਜਦੋਂ ਇਹਨਾਂ ਚੁੰਝ ਪਿੱਛੇ ਕਰਨੇ ਉੱਥੇ ਪਾਣੀ ਬੰਦ ਹੋ ਜਾਂਦਾ, ਇਹਦੇ ਵਿੱਚ ਲੱਗੀਆਂ ਉਹ ਸੀਲਾਂ ਸੀਟਾਂ ਜੀਆਂ ਲੱਗੀਆਂ, ਤੇ ਪੱਖੇ ਪੁੱਖੇ ਦੀ ਵੀ ਲੋੜ ਪੈਂਦੀ ਇਹਨੂੰ ਕਿ ਗਰਮੀ ਸਰਦੀ ਮੰਨ ਜਾਂਦਾ ਪਰ ਨਹੀਂ ਮੰਨਦੇ, ਇਹ ਜਿਹੜਾ ਬੱਚਾ ਨਾ ਜੀ ਇਹ ਬਰਦਾਸ਼ਤ ਕਰ ਲਾ। ਸਹੀ ਹੈ, ਜਦੋਂ ਇਹਨੇ 2 ਸਾਲੇ ਦੇ ਵਿੱਚ ਆਉਣਾ ਨਾ ਮੁਰਗੀ, 2 ਸਾਲ ਦੀ ਹੋਣੀ ਆ 2 ਕਿਲੋ ਦੀ, ਉਦੋਂ ਫਿਰ ਅਸੀਂ ਇਹਨੂੰ ਪੱਖੇ ਲਾਉਂਦੇ ਹਾਂ, 12 ਵੋਲਟ ਵਾਲੇ ਲਾ ਦਈਏ, ਜਿਹੜੇ ਮਰਜ਼ੀ ਲਾ ਦਈਏ, ਸੋਲਰ ਵਾਲੇ ਲਾ ਦਈਏ। ਅੱਛਾ ਇਹਦੇ ਥੱਲੇ ਜਿਹੜਾ ਹੈ ਇਹ ਕੋਈ ਚੀਜ਼? ਇਹ ਸ਼ੈਲਰ ਆ ਜੀ, ਇਸ ਤੋਂ ਵੀ ਸਾਫ਼ ਹੁੰਦਾ ਵਾ, ਹੁਣ ਬਾਰਿਸ਼ ਦੀ ਵਜ੍ਹਾ ਨਾਲ ਥੋੜਾ ਪਾਣੀ ਪੂਣੀ ਦੀ ਵਜ੍ਹਾ ਨਾਲ ਥੋੜਾ ਜਿਹਾ ਮੇਲਾ ਜਿਹਾ ਹੋਇਆ, ਨਹੀਂ ਤਾਂ ਬਿਲਕੁਲ ਐਂ ਸਾਫ਼ ਹੁੰਦਾ ਸ਼ੈਲਰ। ਸਹੀ ਹੈ, ਇਹ ਬਦਲਣਾ ਵੀ ਪੈਂਦਾ ਬਾਰ ਬਾਰ ਕਿ ਨਹੀਂ? ਇਹ ਸਾਲ ਛਮਾਈ ਬਾਅਦ ਹੀ ਪਠਿਆਲਿਆਂ ਨੂੰ ਗੱਡੀ ਭਰਾ ਕੇ ਲੈ ਜਾਂਦੇ, ਉਹ ਬਾਲ ਲੈਂਦੇ ਆ। ਹਾਂਜੀ ਉਹ ਬਾਲ ਲੈਂਦੇ, ਸਾਲ ਛਮਾਈ ਇੱਦਾਂ ਹੀ ਚੱਲਣਾ ਹੈ। ਹਾਂਜੀ ਇੱਦਾਂ ਛਮਾਈ ਬਾਅਦ ਜੀ। ਬੱਤਰ ਕਿਹੜਾ ਜੀ? ਓਕੇ ਥੱਲੇ ਬਾਕੀ ਉਤਲਾ ਖੜਾ ਪਾ। ਸਹੀ ਹੈ, ਚਲੀਏ ਰਾਸ਼ਦ ਅੱਧੇ ਕੁ ਬਰਤਨ ਛੱਡੇ ਹੋਣੇ ਸੀ ਨਾ ਤੁਸੀਂ ਘਰ, ਤੰਗ ਜਗ੍ਹਾ ਭਾਈ ਅਕਰਮ ਤੁਸੀਂ ਤਾਂ ਕਹਿੰਦੇ ਸੀ ਵੀ ਤੁਹਾਡੇ ਕੋਲ ਆਪ ਕੋ ਜਗ੍ਹਾ ਖੁੱਲੀ ਹੈ। ਅਜੇ ਨਾ ਜਦੋਂ ਮੈਂ ਆ ਪਿੱਛੇ ਪਹਿਲਾਂ ਆਹ ਜਗ੍ਹਾ ਲਈ ਫਿਰ ਆਹ ਲਈ ਉਦੋਂ ਵੀ ਮੈਂ ਹੈ ਨਹੀਂ ਜਦੋਂ ਬਣਾਇਆ। ਹਾਂ ਇੱਧਰ ਨੂੰ ਵੀ ਖੁੱਲੀ ਆ ਸਾਰੀ, ਗੇਟ ਵੱਲ ਨੂੰ ਵੀ ਅੱਛਾ ਖੁੱਲੀ ਗੈਰੇਜ।
ਹਾਂਜੀ ਲਾਇਓ ਚੱਕਰ ਉਧਰ ਨੂੰ ਆਏ ਉਹਦੇ ਤੇ ਰਹਿੰਦੇ। ਇਸ ਤੋਂ ਅੱਗੇ ਆਪਾਂ ਹੁਣ ਨਿਕਲੇ ਹਾਂ ਜੀ ਅੱਲਾਹ ਖਰੇ ਖੈਰ ਇੱਥੋਂ ਮੀਆਂ ਬਰਦਰਾਨ ਕੋਲੋਂ ਆਪਣੀ ਹੁੱਕ ਬਣੀ ਪਈ ਹੈ ਇਨਸ਼ਾਅੱਲਾ ਤਾਲਾ ਤੁਹਾਨੂੰ ਆਪਣਾ ਹੁੱਕ ਦਾ ਡਿਜ਼ਾਈਨ ਵੀ ਦਿਖਾਵਾਂਗੇ। ਹੁੱਕ ਬਣਵਾ ਲਈ ਗਈ ਹੈ ਬਲਕਿ ਸੇਮ ਹੀ ਆ ਡਿਜ਼ਾਇਨ ਤੁਸੀਂ ਅੱਗੇ ਦੇਖਿਆ ਭਾਈ ਰਾਸ਼ਦ ਵਾਲੀ ਆ ਸਿਰਫ ਇਹ ਆ ਵੀ ਉਹਦੇ ਵਿੱਚ ਕੁਝ ਤਬਦੀਲੀਆਂ ਰਾਸ਼ਦ ਨੇ ਕਿਹਾ ਸੀ ਕਰਨੀਆਂ ਤਾਂ ਉਹ ਉਹਨਾਂ ਨੂੰ ਮੈਂ ਕਹੀਆਂ ਸੀ ਉਹ ਵੱਲਾ ਆਲਮ ਉਹਨਾਂ ਕੀਤੀਆਂ ਜਾਂ ਨਹੀਂ ਕੀਤੀਆਂ ਪਰ ਬਣੀ ਪਈ ਹੈ ਆਪਾਂ ਉਹ ਜਾ ਕੇ ਚੱਕਣੀ ਹੈ। ਬਾਕੀ ਭਾਈ ਅਕਰਮ ਸਾਹਿਬ ਔਰ ਉਹਨਾਂ ਦੇ ਹਲਕਾ ਅਹਿਬਾਬ ਦੇ ਵਿੱਚ ਜਿਹੜੇ ਦੋਸਤ ਅਹਿਬਾਬ ਨੇ ਬੜੇ ਅੱਛੇ ਅੱਛੇ ਲੋਕ ਨੇ ਮੁਲਾਕਾਤ ਹੋਈ ਹੈ ਸਿਟਿੰਗ ਹੋਈ ਹੈ 2 ਘੰਟੇ ਅਸਾਂ ਗੁਜ਼ਾਰੇ ਵੀ ਨੇ ਅਤੇ ਅੱਛਾ ਟਾਈਮ ਗੁਜ਼ਰਿਆ ਅਤੇ ਅੱਲਾਹ ਤਾਲਾ ਇਹਨਾਂ ਨੂੰ ਬਰਕਤ ਦੇਵੇ ਜ਼ਬਰਦਸਤ ਰਿਹਾ। ਇਸ ਤੋਂ ਅੱਗੇ ਹੁਣ ਚੱਲਦੇ ਹਾਂ ਇਨਸ਼ਾਅੱਲਾ ਤੁਹਾਡਾ ਉਹ ਵੀ ਸ਼ੇਅਰ ਕਰਦੇ ਰਾਈਸ ਬੁਟਲਰ ਨੇ ਸਾਨੂੰ ਕੱਦੂ ਨਾਲੋਂ ਮਿਲਦਾ ਨਾ ਬਈ ਆਪਾਂ ਤਾਂ ਕਰਨੀ ਹੁੰਦੀ ਸਿੱਧੀ ਗੱਲ ਕੱਦੂ ਤਾਂ ਹੈ ਬਣਾਈ ਤਾਂ ਗਈ ਉਹ ਕੱਦੂ ਵਾਸਤੇ ਉਹਨੂੰ ਇੱਕ ਵਾਰੀ ਸਾਈਡ 'ਤੇ ਕਰ ਦਿਓ ਜਿਹਦੇ ਵਾਸਤੇ ਜਿਹੜਾ ਉਹ ਮੁੰਡਾ ਹਲ ਮਾਰਦਾ ਖੜਾ ਸੀ ਨਾ ਅਤੇ ਉਹਦੇ ਵਿੱਚ ਉਹਨੇ ਉਹ ਬਾਅਦ 'ਚ ਪੱਕੀ ਜਗ੍ਹਾ 'ਤੇ ਹਲ ਮਾਰੇ ਨੇ ਉਹ ਬੜਾ ਕਮਾਲ ਸੀ ਉਹ ਮੈਨੂੰ ਬੜਾ ਅੱਛਾ ਲੱਗਾ ਬਰੀਕ ਬਰੀਕ ਜਿਹੀ ਜ਼ਮੀਨ 'ਤੇ ਸੋਹਣੀ ਬਰਾਬਰ ਜਿਹੀ ਕਰਕੇ ਰੱਖੀ ਹੁੰਦਾ ਅਤੇ ਕੋਈ ਯਾਨੀ ਉਹ ਟੋਏ ਅਸਲ ਵਿੱਚ ਆਪਾਂ ਆਦੀ ਹੋਏ ਹਾਂ ਹਲਾਂ ਦੇ ਜਦੋਂ ਆਪਾਂ ਹਲ ਪਾਉਂਦੇ ਹਾਂ ਤਾਂ ਮਿੱਟੀ ਥੋੜ੍ਹੀ ਜਿਹੀ ਉੱਠੀ ਉੱਠੀ ਹੋ ਜਾਂਦੀ ਆ ਉੱਠਦੀ ਹੈ ਨਾਲੇ ਸੁਹਾਗਾ ਜਿਹੜਾ ਹੁੰਦਾ ਨਾ ਜੀ ਉਹ ਮਿੱਟੀ ਨੂੰ ਥੋੜ੍ਹਾ ਜਿਹਾ ਇਕੱਠਾ ਕਰ ਲੈਂਦਾ ਵਾ ਜਦੋਂ ਤੁਸੀਂ ਹਲ ਜ਼ਿਆਦਾ ਲਗਾਉਣਾ ਉਹਨੇ ਮਿੱਟੀ ਥੋੜ੍ਹੀ ਖਿੱਚ ਲੈਣੀ ਹੈ ਜਦੋਂ ਤੁਸੀਂ ਲਹਿਰਾਂ ਬਣਾਉਣੀ ਹਾਂਜੀ ਜਦੋਂ ਮਿੱਟੀ ਉਹਨੇ ਖਿੱਚਣੀ ਹੈ ਟਰੈਕਟਰ ਦਾ ਲੋਡ ਮਜ਼ੀਦ ਹੋਰ ਵੱਧ ਜਾਣਾ ਜਦੋਂ ਲੋਡ ਜ਼ਿਆਦਾ ਵਧਣਾ ਵਾ ਉਸ ਟਾਈਮ ਤੁਸੀਂ ਹਲਾਂ ਨੂੰ ਥੋੜ੍ਹਾ ਜਿਹਾ ਹਾਈਡ੍ਰਾਲਿਕ ਦਾ ਆਸਰਾ ਕਰਕੇ ਹਲ ਪੋਲੇ ਕਰਨੇ ਜਦੋਂ ਤੁਸੀਂ ਹਲ ਪੋਲੇ ਕਰਨੇ ਉਹਨੇ ਨਾਲ ਹੀ ਮਿੱਟੀ ਛੱਡ ਦੇਣੀ ਹੁੰਦੀ ਠੀਕ ਹੈ ਜੀ ਬਜ਼ਾਹਰ ਤੁਹਾਨੂੰ ਐਡਾ ਮਹਿਸੂਸ ਇਹਦੇ ਵਿੱਚ ਹੌਲੇ 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 ਹੋਣੇ ਹੀ ਨਹੀਂ ਇਹਨੇ ਸਿੱਟਣੇ ਤਾਂ ਭਜਾ ਰੱਖਣੇ ਇਹ ਜੀ ਹੁਣ ਆਪਾਂ ਫੁੱਲ ਲੀਵਰ ਡਾਊਨ ਕਰਕੇ ਚਲਾਈ ਹੈ ਜੀ ਮਾਸ਼ਾਅੱਲਾ ਟਰੈਕਟਰ 480 ਸੀਗਾ ਟਾਇਰ ਉਹਦੇ ਤੋਂ ਮੈਨੇਜ ਸੀ ਮਾਡਲ ਪੁਰਾਣਾ ਸੀ ਲੇਕਿਨ ਉਸ ਦੇ ਬਾਵਜੂਦ ਉਹਨੇ ਬੜੀ ਜ਼ਬਰਦਸਤ ਪੱਕਾ ਲਾਈ ਆ ਦੂਸਰੇ ਆਈ ਦੇ ਵਿੱਚ ਵੀ ਚਲਾਇਆ ਬੜਾ ਜ਼ਬਰਦਸਤ ਚੱਲਿਆ ਜੀ ਸਹੀ ਗੱਲ ਦੋ ਅੱਛਾ ਦੋ ਲਾ ਦਿੱਤੀ ਹੈ ਨਾ ਜਿਹੜੇ ਜਗ੍ਹਾ ਤੋਂ ਥੋੜ੍ਹੇ ਗੇੜੇ ਆਪਾਂ ਲਗਾਏ ਆ ਦੁਬਾਰਾ ਉਹ ਦੇਖ ਲਓ ਕਿ ਉਸ ਜਗ੍ਹਾ ਤੋਂ ਮਿੱਟੀ ਵੀ ਬਰੀਕ ਹੋ ਗਈ ਹਾਲਾਂਕਿ ਇਹ ਰਕਬਾ 421 ਚੱਕ ਜਿਹੜਾ ਹੈਗਾ ਇਹਦਾ ਰਕਬਾ ਬਹੁਤ ਜ਼ਿਆਦਾ ਸਖਤ ਆ ਔਰ ਬੱਤਰ ਥੋੜ੍ਹਾ ਜਿਹਾ ਜ਼ਿਆਦਾ ਖੁਸ਼ਕ ਸੀਗਾ ਲੇਕਿਨ ਉਸ ਦੇ ਬਾਵਜੂਦ ਨਹੀਂ ਕੋਈ ਰੋੜਾ ਵਗੈਰਾ ਸੁਹਾਗੇ ਨਾਲੋਂ ਵੀ ਜ਼ਿਆਦਾ ਇਹਨੇ ਜ਼ਮੀਨ ਨੂੰ ਬਰੀਕ ਕੀਤਾ ਅੱਛੀ ਪਰਫਾਰਮੈਂਸ ਦਿਸ ਇਜ਼ ਐਜੂਕੇਸ਼ਨ ਸਿਟੀ ਬੂਰੇ ਵਾਲਾ ਜੀ ਜਨਾਬ ਆਲੀ ਮੀਆਂ ਬ੍ਰਦਰ ਰਜ਼ਰੇ ਇੰਡਸਟਰੀ 'ਤੇ ਮੈਂ ਪਹੁੰਚ ਗਿਆ ਅੱਜ ਮਾਸ਼ਾਅੱਲਾ ਟਰੈਕਟਰ ਹੀ ਬੜੇ ਆਏ ਖੜੇ ਨੇ ਇੱਥੇ 4-5 ਟਰੈਕਟਰ ਆਏ ਖੜੇ ਨੇ ਛੱਤਾਂ ਵਾਲੇ ਗਰਮੀ ਬਹੁਤ ਪੈਣ ਦਈ ਆ ਪਤਾ ਨਹੀਂ ਤਾਂ ਕਰਕੇ ਬੰਦਿਆਂ ਦੇ ਦਿਲ ਕਰਨ ਲੱਗ ਪਏ ਅਤੇ ਬੜਾ ਜਨਾਬ ਗਰਮੀ ਸ਼ਰਮੀ ਵਾਲਾ ਨਿਜ਼ਾਮ ਚੱਲ ਗਿਆ ਗਰਮੀ ਤਾਂ ਹੈ ਇਸ ਗਰਮੀ 'ਚ ਤਾਂ ਛੱਤ ਛੱਡ ਕੇ ਏ ਸੀ ਵੀ ਲੱਗਾ ਹੋਵੇ ਨਾ ਤਾਂ ਟਰੈਕਟਰ ਚਲਾਉਣਾ ਔਖਾ ਅਤੇ ਬਾਕੀ ਭਾਈ ਹਾਲ ਹੈ ਮੋਰੀਆਂ ਅਤੇ ਮੋਰੀਆਂ ਕੱਢੀ ਆਉਂਦੇ ਆ ਲੋਹੇ ਦੇ ਵਿੱਚ ਬਾਕੀ ਆਪਣੀ ਹੁੱਕ ਬਣ ਗਈ ਹੁੱਕ ਦੇਖੋ ਮਾਸ਼ਾਅੱਲਾ ਸਾਡਾ ਦਿਲ ਗਾਰਡਨ ਗਾਰਡਨ ਹੋ ਜਾਏਗਾ ਹੁੱਕ ਦੇਖ ਕੇ ਟਾਈਮ ਲੱਗਾ ਪਰ ਹੁੱਕ ਤਾਂ ਮਿਹਨਤ ਬੜੀ ਕਰਵਾਈ ਹੈ ਗੱਲ ਕਰੋ ਸਫਾਈਆਂ ਚੈੱਕ ਕਰੋ ਇੱਦਾਂ ਜਿੱਦਾਂ ਗੋਰੇ ਦੀ ਬਣੀ ਹੋਈ ਹੈ ਇੰਪੋਰਟਡ ਚੈੱਕ ਕਰੋ ਹਾਂ ਰਾਸ਼ਦ ਦਿਲ ਖੁਸ਼ ਹੋਇਆ ਕਿ ਨਹੀਂ ਦੇਖ ਕੇ ਪੈਸੇ ਤਾਂ ਲੱਗ ਗਏ ਨੇ ਪਰ ਹੁੱਕ ਬਣ ਗਈ ਹੈ ਸੰਧੂ ਵਲੌਗ ਇਹ ਜਨਾਬ ਆਹ 4 ਟਰੈਕਟਰ ਨੇ ਅੱਜ ਆਏ 385 ਟੂ ਵੀਲ 4x4 ਦੋ ਆ ਲਗਾ ਦੀ ਇਹ 260 4-5 ਟਰੈਕਟਰ ਅੱਜ ਇੱਕੋ ਤਰ੍ਹਾਂ ਦੀਆਂ ਛੱਤਾਂ ਲਵਾਉਣ ਇੱਕੋ ਇਲਾਕੇ 'ਚੋਂ ਸਾਰੇ ਇਹ ਦੋਸਤ ਹੀ ਨੇ ਜਿਹੜੇ ਆਏ ਨੇ ਆਪਸ ਵਿੱਚ ਇੱਕ 4x4 ਇੱਕੋ ਇਲਾਕੇ ਦੇ ਲੋਕ ਨੇ ਮੀਆਂ ਚੰਨੂ ਦੇ ਵਿੱਚੋਂ ਇਹ ਮੁੰਡੇ ਆਏ ਨੇ ਸਾਰੇ ਫੁੱਲ ਪ੍ਰੋਟੋਕੋਲ ਨਾਲ ਐਵੇਂ
ਫੁੱਲ ਪ੍ਰੋਟੋਕੋਲ। ਥੱਲੇ ਜਨਾਬ ਪਿੱਛੇ ਚਾਰ ਇਹ ਲੱਗ ਗਏ ਨੇ ਅਤੇ ਦੋ ਟਰੈਕਟਰ ਪਿੱਛੇ ਤਕਰੀਬ ਇੱਕ ਟਰੈਕਟਰ ਹੋਰ, 85 ਵੀ ਸੀਗਾ ਇੱਥੇ, ਉਹ ਕਿੱਧਰ ਚਲਾ ਗਿਆ? ਇਹ ਜਨਾਬ ਹੁੱਕ ਅਸੀਂ ਆਪਦੀ ਜਿਹੜੀ ਸਾਡੀ ਦਾਤੀ ਹੁੱਕ ਹੈ ਅਸੀਂ ਉਹਦੇ ਉੱਤੇ ਰੱਖੀ ਹੋਈ, ਇਹਦਾ ਜਨਾਬ ਵਜ਼ਨ ਹੋਣ ਲੱਗਾ ਅਤੇ ਇਹਦੇ ਹਲੇ ਕਾਬਲੇ ਜਿਹੜੇ ਨੇ ਮੁਕੰਮਲ ਉਹ ਨਾਲ ਨਹੀਂ ਆਏ, ਉਹ ਕਾਬਲੇ ਵੀ ਆ ਜਾਣਗੇ ਤਕਰੀਬਨ 78 ਕੇ ਜੀ ਦੇ ਕਰੀਬ ਹੈ, 78 ਕੇ ਜੀ ਦੇ ਅਤੇ 78 ਤੋਂ ਹੁਣ ਕਾਬਲੇ ਜ਼ਿਲ੍ਹੇ ਰੱਖੀ ਜਾਣਗੇ, 79 ਅਤੇ ਲਾਗੇ ਤਾਗੇ ਜਾਂ 80 ਤੁਸੀਂ ਇੱਕ ਅੰਦਾਜ਼ੇ ਦੇ ਮੁਤਾਬਕ ਕਹਿ ਸਕਦੇ ਹਾਂ। ਅਤੇ ਆਮ ਤੌਰ 'ਤੇ ਜਿਹੜਾ 70-75 ਕੇ ਜੀ ਦੇ ਵਿੱਚ ਵੀ ਇਹ ਬਣ ਜਾਂਦੀ ਹੈ, ਜਿਹੜੀ ਨਾ ਕੋਈ ਪਈ ਹੈ ਕੋਈ ਇੰਨੇ ਵਜ਼ਨ 'ਚ ਵੀ ਆ, ਅਲੱਗ ਅਲੱਗ ਵਜ਼ਨ 'ਚ ਵੀ ਹੁੰਦੀਆਂ, ਥੋੜ੍ਹੇ ਬਹੁਤ ਘੱਟ ਵੱਧ ਵੀ ਜਾਂਦੀਆਂ, ਬਾਕੀ ਫਿਕਸ ਡਿਜ਼ਾਈਨ ਜ਼ਿਆਦਾਤਰ ਜਿਹੜਾ ਉਹ 'ਚ ਫਿਕਸ ਹੀ ਹੁੰਦਾ ਰੇ ਆਪਣਾ ਵਜ਼ਨ ਜਿਹੜਾ। ਲੈ ਜੀ ਇਹ ਚੀਜ਼ ਹੈ ਜੀ, ਔਰ ਈਜ਼ੀ ਆਪਣਾ ਜਾ ਕੇ ਤੁਸੀਂ ਖੁਦ ਹੀ ਇਹਨੂੰ ਫਿੱਟ ਵੀ ਕਰ ਸਕਦੇ। 78.8 ਪੁਆਇੰਟ ਹੋ ਗਏ ਨੇ ਇਹਦੇ, ਇਹ ਚੀਜ਼ ਹੈ ਜਨਾਬ। ਲਓ ਜੀ ਹੁੱਕ ਮੁੰਡਿਆਂ ਕੋਲ ਰਖਵਾ ਰਿਹਾ ਮੈਂ, ਇੱਕ ਪੀਸ ਦਾ ਰਹਿ ਗਿਆ ਉਹ ਲਿਆ ਕੇ ਵਿੱਚ ਰੱਖਣ ਲੱਗੇ ਨੇ। ਤਾਂ ਜੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਗਾੜੀ ਬਿਛਾ ਕਰ ਵਿੱਚ ਹੋ ਜਾਣੇ ਤਾਂ ਬਾਈ ਜਨਾਬ। ਮੋਟਰ ਅਸੀਂ ਧੁਆ ਲਏ ਜਿੰਨੀ ਦੇਰ ਉੱਥੇ ਬੈਠੇ ਸੀਗੇ, ਅਸੀਂ ਧੁਆ ਲਿਆ ਜਨਾਬ ਬੜੀ ਬਿਹਤਰੀਨ ਕਰਕੇ ਅਤੇ ਇਹ ਮੀਆਂ ਬ੍ਰਦਰ ਤੋਂ ਨਿਕਲਿਆ ਹੁਣ ਚੋਰੀ ਵਿਕਾਸ ਨੂੰ ਮਾੜਾ ਜਿਹਾ ਟੱਚ ਕਰ ਲਈ। ਉਸ ਗਰੀਬ ਨੂੰ ਮੈਂ ਸਵੇਰ ਤਾਂ ਕਹੀ ਜਾਂਦਾ ਮੈਂ ਆਉਂਦਾ ਆਉਂਦਾ, ਦੋ ਵਾਰੀ ਉਹਦਾ ਫੋਨ ਆਇਆ ਵੀ ਯਾਰ ਆਇਆ ਨਹੀਂ ਤੂੰ, ਮੈਂ ਕਿਹਾ ਵੀ ਮੈਂ ਚਲੋ ਮਾੜਾ ਜਿਹਾ ਟੱਚ ਮਾਰ ਲਵਾਂ, ਅਤੇ ਹਾਲਾਂਕਿ ਨਾ ਟਾਈਮ ਬਹੁਤ ਹੋ ਗਿਆ ਅਤੇ ਦਿਨ ਅਸੀਂ ਵਾਪਸੀ ਨਿਕਲੀ ਜੇ ਵੀ ਬਹੁਤ ਟਾਈਮ ਹੋ ਗਿਆ, ਬਿਲਕੁਲ ਬਹੁਤ ਭਾਰੀ ਹੋ ਗਈ ਚੋਰੀ, ਭਾਰੀ ਹੋ ਗਈ, ਦੋ ਮਾਣ ਦੀ ਹੋਕ ਹੈ, ਦੋ ਮਾਣ ਦੀ ਹੋਕ ਆ ਅਤੇ ਉਹ ਇਸ ਗੱਲ ਮੈਂ ਰਖਾਈ ਵੀ ਅਤੇ ਸੀਟਾਂ 'ਤੇ ਨਹੀਂ ਰਖਾਈ, ਫਰਸ਼ ਜਿਹਾ 'ਤੇ ਰਖਾਈ ਆ। ਹੁਣ ਮੈਨੂੰ ਇਹ ਵੀ ਖਤਰਾ ਵੀ ਜੰਪ ਲੱਗੇ ਤਾਂ ਫਰਸ਼ ਪਾੜ ਕੇ ਥੱਲੇ ਨੂੰ ਲੰਘ ਜਾਏ ਕਿਤੇ, ਇਹਦਾ ਫਰਸ਼ ਵੀ ਇੱਦਾਂ ਦਾ ਹੀ ਹੁੰਦਾ। ਅਤੇ ਓਕੇ ਚਲੋ ਬਾਂਸਾਂ ਵਾਲੀ ਗਲੀ 'ਚ ਅੱਜ ਰੋਕੋ, ਰੁਕਣਾ ਪਰ ਜ਼ਿਆਦਾ ਦੇਰ ਨਹੀਂ, ਮੈਂ ਸਲਾਮ ਵਾਲੇ ਕਰਕੇ ਆ ਜਾਣਾ, ਤੁਸੀਂ ਉੱਥੇ ਲਾ ਕੇ ਆ ਜਾਓ। ਵੇਖੋ ਜੀ ਹੁਣ 7 ਕਿਲੋ ਵਾਟ ਦਾ UPS ਹੋ ਗਿਆ, ਅਗਰ 5 ਦਾ ਸੀ ਹੁਣ 7 ਦਾ ਕਰ ਦਿੱਤਾ, ਤਰੱਕੀਆਂ ਹੋ ਗਈਆਂ। ਇੱਥੋਂ ਕਿਤੇ ਕਰੰਟ ਵਾਲੀ ਕਿਸੇ ਤਾਰ ਨੂੰ ਮੈਂ ਹੱਥ ਨਾਲ ਲਾਵਾਂ, ਕਪੈਸਟਰਾਂ ਜਾਂ ਨਾ ਕਰੰਟ ਹੁੰਦਾ, ਬਿਜਲੀ ਦੇ ਨਾਂ ਵੀ ਲੱਗਾ ਉਹਨਾਂ ਨੂੰ ਜਮ੍ਹਾਂ ਹੁੰਦਾ ਇਹਨਾਂ 'ਚ, ਇਹਨਾਂ ਦੇ ਸਿੱਧੇ ਪਾਸੇ ਹੱਥ ਲਾ ਲਓ ਤਾਂ ਬੰਦੇ ਨੂੰ ਚੰਗਾ ਭਲਾ ਝਟਕਾ ਵੱਜਦਾ। ਇਹ ਹੁਣ 7 ਕਿਲੋ ਵਾਟ ਦਾ ਬਣਾਉਣ ਲੱਗ ਪਏ, ਕਿਆ ਬਾਤ
ਹਰ ਚੀਜ਼ ਬ੍ਰੇਕਰ ਤੇ ਕਰਦੀ ਹੈ ਨਾ ਯਾਰ, ਜਿਹੜੀਆਂ ਵਿਕਾਸ ਅੱਗਾਂ ਲੱਗਣ ਦੀਆਂ ਉਹਦੀ ਕੀ ਵਜ੍ਹਾ? ਅੱਗਾਂ ਯਾਰ ਲੋਕ ਸਹੀ ਕਰਦੇ ਨੀ, ਇੱਕ ਬ੍ਰੇਕਰ ਦੋ ਨੰਬਰ ਲਾਉਂਦੇ, ਡੀਸੀ ਬ੍ਰੇਕਰ ਨਾ ਡੀਸੀ ਬ੍ਰੇਕਰ ਉਹ ਤੇ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ, ਡੀਸੀ ਬ੍ਰੇਕਰ ਅੱਛਾ ਲਾਉਣਾ ਚਾਹੀਦਾ, ਫਿਰ ਤਾਰ ਦੇ ਉਹਦੇ ਵਿੱਚ ਅੱਛੀ ਕੱਸਣੀ ਚਾਹੀਦੀ, ਬਾਅਦ ਦਾ ਤਾਰ ਲੂਜ਼ ਹੁੰਦੀ ਤਾਂ ਬ੍ਰੇਕਰ ਗਿਆ ਆਪਣਾ ਜਿਹੜਾ ਚੰਗਾ ਲੱਗਾ ਚੰਗੇ। ਅਤੇ ਜਿਹੜਾ ਬ੍ਰੇਕਰ ਆ ਜਿੱਦਾਂ ਹੁਣ ਟੋਮਜ਼ਨ ਆ ਜਿਹੜੀਆਂ ਕੰਪਨੀਆਂ ਸਕੈਨ ਹੁੰਦੇ ਆ ਮੋਹਰਾ ਵਾ ਟੋਮਜ਼ਨ ਆ ਉਹਦੇ ਨਹੀਂ ਖਰਾਬ ਹੁੰਦੇ, ਬਾਕੀ ਕੋਸ਼ਿਸ਼ ਕਰਨੀ ਚਾਹੀਦੀ ਡੀ ਸੀ ਸਰਕਟ ਅਲੱਗ ਲਾਉਣਾ ਚਾਹੀਦਾ, ਏ ਸੀ ਅਲੱਗ ਲਾਉਣਾ ਚਾਹੀਦਾ, ਜੇ ਬੈਟਰੀ ਵਾਲਾ ਤਾਂ ਡੀ ਸੀ ਅਲੱਗ ਲਾ ਦਿਉ ਏ ਸੀ ਅਲੱਗ ਲਾ ਦਿਉ ਫਿਰ ਨਹੀਂ ਲੱਗਦੀ, ਅਤੇ ਕੁਦਰਤ ਵਾ ਵੈਸੇ ਹੋ ਵੀ ਜਾਂਦਾ ਲੇਕਿਨ ਸੱਤ ਨਾਲ ਕੋਈ ਨਹੀਂ ਆਉਂਦਾ। ਲੈ ਬੜੇ ਦਿਨਾਂ ਬਾਅਦ ਮੇਰੀ ਰਾਣੀ ਸਾਫ਼ ਸੁਥਰੀ ਜੀ ਹੋ ਗਈ ਹੈ, ਮੇਰੀ ਪਿਆਰੀ ਆਲਟੋ ਅੱਜ ਸੋਹਣੀ ਲੱਗਦੀ ਪਈ, ਮੇਰੀ ਪਿਆਰੀ ਬਰਫੀ ਦੀ ਡਲੀ ਲੈ ਕੇ ਜਾਣਾ। ਨਹੀਂ ਨਹੀਂ ਸਾਫ਼ਾ ਥੱਲੇ ਕੱਢ ਲਓ, ਹੁਣ ਉੱਦਾਂ ਹੀ ਰੱਖ ਦਿਓ ਥੱਲੇ ਸਪਿਨਰ ਨੂੰ। ਚੰਗਾ ਯਾਰ ਓਹੋ, ਇੱਥੋਂ ਗੱਡੀ ਦੇ ਵਿੱਚੋਂ ਬਦਲ ਬੁਦਲ ਜਾਈਏ, ਪਹਿਲਾਂ ਇਹਦੀ ਆ ਪਲੇਟ ਕੱਸਣੀ ਆ ਪਹਿਲਾਂ ਸਾਰਿਆਂ ਨੂੰ। ਥੱਲੜੀ ਪਲੇਟ ਹਾਂ, ਉਹ ਕਿੱਥੇ ਆ? ਆ ਬਈ ਆਹੋ ਆ ਪਲੇਟ ਕੱਸ ਕੇ ਦੋ ਤੋਂ ਬਾਅਦ ਬਾਕੀ ਸਾਰਾ। ਓਕੇ ਲੈ ਜੀ, ਅਲਹਮਦੁਲਿਲਾ ਇਲਾਕੇ ਮੇਂ ਪਹੁੰਚ ਗਏ ਹੈ, ਬਲਕਿ ਘਰ ਹੀ ਪਹੁੰਚ ਚੁੱਕੇ ਹੈ। ਹੁੱਕ ਦੀ ਕਸਾਈ ਜਿਹੜੀ ਆ ਉਹ ਹੁਣ ਸਵੇਰੇ ਹੋਏਗੀ, ਹੁਣ ਕੋਈ ਮੂਡ ਨਹੀਂ ਹੈ, ਸਵੇਰੇ ਪਹਿਲੇ ਟਾਈਮ ਕੱਸ ਲਵਾਂਗੇ ਉੱਠ ਕੇ ਤਸੱਲਾ ਨਾਲ, ਨਾਲੇ ਤੁਹਾਡੇ ਵਾਸਤੇ ਵੀਡੀਓ ਬਣਾਵਾਂਗੇ।